विवादित वीडियो तो बाद काली माता मंदिर पहुंचे मास्टर सलीम नंगल जागरण जान तो पहला दिता बयान कहा फिसल जाती है कदी कदी जबान जिवें तुहानूं मैं कहा कि कई बार जुबान इधर उधर हो जाती है उन्होंने भी हो गई होनी मेरी भी हो गई सी। गायक मास्टर सलीम दी बीते दिन एक वीडियो वायरल हो रही सी। जानकारी मुताबिक इस वीडियो ते हिंदू संगठनों दे वल्लों विवाद खड़ा कर दिता गया सी, जिस कारण मास्टर सलीम दे माता दे जागरण दे विच गीत गाउण ते भी पाबंदी लगा दी गई सी। दस्सिया जांदा है कि नंगल दे विच मास्टर सलीम दा एक जागरण होण जा रहा है, जिथे गाउण ते उस उपर पाबंदी लगा दी गई है। इस दे मद्देनजर ही मास्टर सलीम ने बीते दिन माता चिंतपुर्णी पहुंच के माफी मंगी सी, ते हुण ओह बीते दिन पटियाला दे काली माता मंदिर विच भी पहुंचे ने, जिथे नतमस्तक हो के उन्होंने हिंदू संगठना तो माफ़ी मंगी। उत्थे ही उन्होंने कहा है कि कदी कदी अजिही भुल हो जाती है। उन्होंने होर की कहना सी तुहानूं सुनाउने आ। अज इत्थे मैं इस करके आया सी कि मैनू लग्या मेरे दिल नूं कि नहीं यार उत्थे जाना चाहिए और माता राणी के दर्शन भी करने चाहिए और महाराज जी नाल विचार भी सांझे करने चाहिए है। और अज मैनू जिहड़ा ये जागरण की परंपरा, चलो मैं पहला भी थोड़ा बहुत जाणू सी, पर जिहड़ी अज ओह मैनू ग्रंथ मिलिया है बहुत खूबसूरत जिहदे च जागरण की पूरी विधि है, उहदे ते मैं कायम रहांगा क्योंकि माँ सारिआं दी सांझी है। माँ का नाम जे अच्छे तरीके नाल लिया जाए उही बैटर है। बाकी मैं विश्वास दवाना कि जिद्दां पहला मैं माता राणी जी की सेवा करता रहा, तुहाडी सेवा करता रहा सारिआं दी, ਉਦਾਂ ਹੀ ਹੁਣ ਕਰਦਾ ਰਹੂੰਗਾ। ਦੂਜੇ ਪਾਸੇ ਮਾਸਟਰ ਸਲੀਮ ਨੂੰ ਮਾਫੀ ਦਿੰਦਿਆਂ ਹੋਇਆਂ ਤੇ ਨੰਗਲ ਜਾਗਰਣ ਦੇ ਵਿੱਚ ਗਾਉਣ ਦੀ ਪਰਮਿਸ਼ਨ ਦਿੰਦਿਆਂ ਹੋਇਆਂ ਕਾਲੀ ਮਾਤਾ ਮੰਦਿਰ ਦੇ ਮੁਖੀ ਦਾ ਕੀ ਕਹਿਣਾ ਸੀ ਤੁਹਾਨੂੰ ਸੁਣਾਉਂਦੇ ਹਾਂ। ਭਰਾਈਆਂ ਮਿੱਤਰਾਂ ਦੀ ਵਿਰੋਧ ਦਰਜ ਕਰਦੇ ਸਨ ਕਿ ਉਹਨਾਂ ਨਾਲ ਵੀ ਸਹਿਮਤੀ ਪ੍ਰਗਟਾਈ ਜਾਏਗੀ, ਦੋਹਾਂ ਨੂੰ ਕਹਿ ਰਹੀ ਹੈ ਵੀ ਸਲੀਮ ਜੀ ਤਾਂ ਉਹਨਾਂ ਨੂੰ ਬਿਠਾ ਕੇ ਦਿੰਦੇ। ਦੇਖੋ ਬੜੀ ਖੁੱਲੀ ਤੇ ਸਾਫ਼ ਤੁਹਾਨੂੰ ਗੱਲ ਇੱਕ ਦੱਸਾਂ ਜੀ, ਵੀ ਬਾਕੀ ਕਲਾਕਾਰ ਜਿੰਨੇ ਵੀ ਪੰਜਾਬ ਦੇ ਵਿੱਚ ਜਾਗਰਣ ਕਰ ਰਹੇ ਆ ਉਹਨਾਂ ਦੇ ਕਰਨ ਦੇ ਤਰੀਕੇ ਅਤੇ ਸਲੀਮ ਜੀ ਦੇ ਕਰਨ ਦੇ ਤਰੀਕੇ 'ਚ ਜ਼ਮੀਨ ਸਮਾਨ ਦਾ ਫਰਕ ਹੈ, ਆਪਾਂ ਦੇਖਿਆ ਉਹਨਾਂ ਸਟੇਜਾਂ 'ਤੇ। ਠੀਕ ਹੈ, ਇੱਕ ਐਵੇਂ ਛਾਲਾਂ ਮਾਰਨੀਆਂ, ਟੱਪਾ ਟਪਾਈ ਕਰਨੀ, ਸੱਜੇ ਖੱਬੇ ਕਰਨੇ, ਅਤੇ ਕਦੀ ਮਾਈਕ ਥੱਲੇ ਲੈ ਜਾਣੇ, ਕਦੀ ਉੱਤੇ ਲੈ ਜਾਣੇ, ਉਹ ਉਸ ਗੱਲ ਨਾਲ ਕੋਈ ਕੰਪਰੋਮਾਈਜ਼ ਨਹੀਂ। ਅੱਜ ਵੀ ਉਹਨਾਂ ਕਲਾਕਾਰਾਂ ਨਾਲ, ਹੋਰਾਂ ਨਾਲ ਸਲੀਮ ਜੀ ਨੇ ਜਿਸ ਤਹਿਤ ਨਿਰਮਤਾ ਦਿਖਾਈ ਹੈ ਅਤੇ ਮਾਂ 'ਚ ਵਿਸ਼ਵਾਸ ਜਿਤਾਇਆ, ਕੋਈ ਪਾਪੀ ਰੂਹ ਹੋਏਗੀ ਜਿਹੜੀ ਇਸ ਇਨਸਾਨ ਦਾ ਫਿਰ ਵੀ ਵਿਰੋਧ ਕਰਾਂ, ਕਿਉਂਕਿ ਮੈਂ ਜੇ ਹਿੰਦੂ ਤਖ਼ਤ 'ਤੇ ਬੈਠਾਂ ਅਤੇ ਮੈਂ ਮਾਂ ਦੇ ਚਰਨਾਂ 'ਚ ਵੀ ਪ੍ਰਾਣ ਮਾਂ ਨੂੰ ਦੇਣੇ ਆ। ਮੈਨੂੰ ਇਹ ਲੱਗਿਆ ਸਾਡੀ ਜਿਹੜੀ ਹਿੰਦੂ ਪੰਚਾਇਤ ਹੈ, ਹਿੰਦੂ ਸੁਰੱਖਿਆ ਸਮਿਤੀ ਹੈ ਅਤੇ ਜਾਗਰਣ ਸੁਧਾਰ ਮੰਡਲ ਹੈ, ਉਹਨਾਂ ਦੀ ਵਿਚਾਰ ਚਰਚਾ ਹੋਣੀ ਜ਼ਰੂਰੀ ਸੀ। ਕਿਸੇ ਨੂੰ ਫਾਹੀ ਨਹੀਂ ਟੰਗਿਆ ਜਾ ਸਕਦਾ ਜੇ ਕੋਈ ਇਨਸਾਨ ਆਪਣੀ ਗਲਤੀ ਮੰਨਦਾ ਅਤੇ ਅੱਗੋਂ ਨਾ ਕਰਨ ਦਾ ਭਰੋਸਾ ਦਿੰਦਾ। ਮਾਂ ਦੇ ਚਰਨਾਂ ਨਾਲ ਜੁੜਿਆ ਚਾਰਾਂ ਪੀੜ੍ਹੀਆਂ ਤੋਂ, ਸਾਡੇ ਕੋਲ ਇਹ ਵੀ ਕੋਈ ਅਧਿਕਾਰ ਨਹੀਂ ਵੀ ਅਸੀਂ ਮਾਂ ਤੋਂ ਤੋੜ ਦਈਏ ਕਿਸੇ ਨੂੰ, ਕੋਈ ਮਾਂ ਦੇ ਪੁੱਤ ਨੂੰ ਖੋਹ ਕੇ ਸੁੱਟ ਨਹੀਂ ਸਕਦਾ। ਇਸ ਕਰਕੇ ਮਾਂ ਜਿਹੜੀ ਉਹ ਇਸ ਗੱਲ 'ਤੇ ਨਿਰਣੇ ਕਰਨ ਦੀ ਸਾਨੂੰ ਬੁੱਧੀ ਬਖਸ਼ੀ ਹੈ। ਅਤੇ ਜਿਹੜਾ ਕਨਈਆ ਮਿੱਤਲ ਜੀ ਵਾਲਾ ਮੈਟਰ ਹੈ, ਹੋਰ ਮੈਟਰ ਹੈ, ਉਹ ਦੇਖੋ ਚੱਲ ਰਹੇ ਆ, ਚੱਲੀ ਜਾਣ। ਅਸੀਂ ਇਕੱਲੇ ਅੱਜ ਹਿੰਦੂ ਤਖ਼ਤ ਨੇ ਜੇ ਹਮਾਇਤ ਕੀਤੀ ਹੈ ਜਾਂ ਜਾਗਰਣ ਕਰਨ ਦੀ ਜਿਹੜੀ ਅਨੁਮਤੀ ਹੈ ਦਿੱਤੀ ਹੈ ਉਹ ਸਿਰਫ ਸਲੀਮ ਜੀ ਨੂੰ ਦਿੱਤੀ ਹੈ, ਕਿਉਂਕਿ ਇਹਨਾਂ ਦੇ ਪਰਿਵਾਰ ਦਾ ਪਿਛੋਕੜ ਦੇਖਦਿਆਂ ਹੋਇਆਂ ਬਹੁਤ ਵੱਡਾ ਪਿਛੋਕੜ ਹੈ, ਉਹਦੇ ਅੱਗੇ ਜਿਹੜਾ ਮਾਈ ਦੀ ਸੇਵਾ, ਮਾਈ ਦੀ ਸੇਵਾ ਅੱਗੇ ਮਾਈ ਦੇ ਸੇਵਕਾਂ ਦਾ ਸਿਰ ਹਮੇਸ਼ਾ ਝੁਕਦਾ ਹੈ। ਇਸ ਕਰਕੇ ਇਹ ਹਮਾਹਮੀ ਹੈ ਜਿਹੜੀ ਉਹ ਭਰੀ ਗਈ ਹੈ। ਜ਼ਿਕਰਯੋਗ ਹੈ ਕਿ ਮਾਸਟਰ ਸਲੀਮ ਨੂੰ ਇਸ ਤੋਂ ਇਲਾਵਾ ਇੱਕ ਗ੍ਰੰਥ ਵੀ ਭੇਟ ਕੀਤਾ ਗਿਆ ਹੈ, ਜਿਸ ਦੇ ਵਿੱਚ ਮਾਤਾ ਦੇ ਜਾਗਰਣ 'ਚ ਗਾਉਣ ਵਾਲੀਆਂ ਭੇਟਾਂ ਦੀ ਵਿਧੀ ਲਿਖੀ ਹੋਈ ਹੈ ਅਤੇ ਹਦਾਇਤ ਦਿੱਤੀ ਗਈ ਹੈ ਕਿ ਇਸੇ ਵਿਧੀ ਅਨੁਸਾਰ ਹੀ ਭੇਟਾਂ ਗਾਈਆਂ ਜਾਣ। ਪਟਿਆਲਾ ਤੋਂ ਅਮਰਜੀਤ ਸਿੰਘ ਦੀ ਰਿਪੋਰਟ, ਚੜ੍ਹਦੀ ਕਲਾ, ਟਾਈਮ ਟੀਵੀ।